ੱлле ਤਾਂ ਕਦੇ ਨਹੀਂ ਸੀ ਯਾਦਾਂ ਦਾ ਸਾਥ ਰਹੇਗਾ ਉਹਨੂੰ ਭਾਵੇਂ ਭੁੱਲ ਗਿਆ ਹੋਵੇ ਸਾਡਾ ਆਬਾਦ ਰਹੇਗਾ ਅਸੀਂ ਕਹੀ ਐਸਾ ਕਰਿਆ ਜੋ ਕਾਮਯਾਬੀ ਸਮਝਦਾ ਆ ਉਹ ਮੈਂ ਸਮਝਦਾ ਕਿ ਜਿਹੜੇ ਲੋਕ ਮੇਰੇ ਨਾਲ ਜੁੜੇ ਆ ਮੈਂ ਕੋਈ ਖਾਸ ਤੇ ਨਹੀਂ ਬਸ ਆਮ ਜਿਹਾ ਹਾਂ ਉੰਜ ਲੋਕਾਂ ਚ ਥੋੜਾ ਬਦਨਾਮ ਜਿਹਾ ਹਾਂ ਹਰ ਕਿਸੇ ਨੂੰ ਚੰਗਾ ਲੱਗਾ ਇਹ ਜ਼ਰੂਰੀ ਤਾਂ ਨਹੀਂ ਹੋਅਸੀ ਚੰਗੇ ਆ ਨਾ ਚੰਗੇ ਬੜੇ ਆ ਤੇ ਮਾੜਿਆ ਨਾ ਮਾੜੇ ਮੋਢੇ ਤੋਂ ਰੈਂਦੇਸੀ ਜੋ ਫੂਕਾ ਮਾਰਦੇ ਸਭ ਪੂਛਾ ਫੜ ਕੱਢੇ ਖੋਡਚੋਂ ਜਲੇ ਲਿਓ ਥੋ ਜਾਣਕਾਰੀਆਂ ਜਿਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੋਸਤੋ ਅੱਜ ਜਿਹੜੇ ਸਾਡੇ ਨਾਲ ਨੇ ਬਹੁਤ ਹੀ ਬੁਲੰਦ ਆਵਾਜ਼ ਦੇ ਮਾਲਕ ਨੇ ਤੇ ਨਾਲ ਦੀ ਨਾਲ ਬੜੇ ਕਈ ਗਾਣੇ ਨੇ ਵਿੱਚ ਬਹੁਤ ਮਿੱਠੇ-ਮਿੱਠੇ ਨੇ ਦਿਲ ਨੂੰ ਬਹੁਤ ਸਕੂਨ ਦਿੰਦੇ ਨੇ ਤੇ ਇਹਨਾਂ ਦਾ ਸਵਾਗਤ ਕਰਦੇ ਆ ਅੱਜ ਸਾਡੇ ਨਾਲ ਨੇ ਭਾਜੀ ਵਿਕਰਮਜੀਤ ਥੋੜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਨੇ ਜੀ ਸਤਿ ਸ਼੍ਰੀ ਅਕਾਲ ਵੀਰੇ ਪੰਜਾਬੀ ਕੈਂਗਰੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਥੈਂਕ ਯੂ ਭਾਜੀ ਤੇ ਭਾਜੀ ਆਪਾਂ ਸ਼ੁਰੂ ਤੋਂ ਹੀ ਸ਼ੁਰੂ ਕਰਾਂਗੇ ਬੇਸਿਕਲੀ ਵੀ ਜਦੋਂ ਤੁਹਾਡੀ ਸ਼ੁਰੂਆਤ ਕਿਵੇਂ ਹੋਈ ਸੀਗੀ ਸਿੰਗਿੰਗ ਲਾਈਨ ਦੇ ਵਿੱਚ ਸ਼ੁਰੂਆਤ ਲਿਖਣ ਦਾ ਸ਼ੌਕ ਸਕੂਲ ਟਾਈਮ ਤੋਂ ਸੀ ਹਾਂਜੀ ਤੇ ਲਿਖਣ ਤੋਂ ਬਾਅਦ ਫਿਰ ਫਿਰ ਗਾਉਣਾ ਸ਼ੁਰੂ ਕੀਤਾ ਹੌਲੀ ਹੌਲੀ ਹਾਂਜੀ ਤੇ ਜਿਹੜਾ ਆਫੀਸ਼ੀਅਲੀ ਜਿਹੜਾ ਮਾਰਕੀਟ 'ਚ ਆਉਂਦਾ ਜਿਹੜਾ ਸਮਾਂ ਸੀ ਉਹ ਮੈਂ ਜਦੋਂ ਆਸਟ੍ਰੇਲੀਆ ਆਇਆ ਹਾਂ ਹਾਂਜੀ ਤਾਂ ਮੈਂ ਉਦੋਂ ਸ਼ੁਰੂ ਕੀਤਾ 2016 'ਚ ਮੈਂ ਸ਼ੁਰੂ ਕੀਤਾ ਸੀ ਹਾਂਜੀ ਤੇ ਹਮੇਸ਼ਾ ਜਿਹੜਾ ਪਹਿਲਾ ਪਹਿਲਾ ਗਾਣਾ ਹੁੰਦਾ ਜਾਂ ਜਿਹੜਾ ਪਹਿਲਾ ਬੱਚਾ ਹੁੰਦਾ ਉਹ ਮਾਂ ਨੂੰ ਬਹੁਤ ਪਿਆਰਾ ਹੁੰਦਾ ਵੀ ਜਦੋਂ ਤੁਸੀਂ ਪਹਿਲੇ ਗਾਣੇ ਦੀ ਸ਼ੁਰੂਆਤ ਕੀਤੀ ਜਾਂ ਪਹਿਲਾ ਗਾਣਾ ਰਿਲੀਜ਼ ਕੀਤਾ ਸੀਗਾ ਉਹ ਕਿਹੜਾ ਗਾਣਾ ਸੀ ਤੇ ਉਹਦੇ ਪਿੱਛੇ ਦੀ ਥੋੜੀ ਜੀ ਕਹਾਣੀ ਦੱਸੋ ਪਹਿਲਾ ਗਾਣਾ ਮੈਂ 2016 ਚ ਕੀਤਾ ਸੀ ਹਾਂਜੀ ਬੇਖੌਫ ਗਾਣੇ ਦਾ ਨਾਮ ਸੀ ਔਰ ਉਹ ਰਿਕਾਰਡ 2015 ਚ ਹੋ ਗਿਆ ਸੀ ਜਦੋਂ ਮੈਂ ਇੱਥੇ ਆਇਆ ਸੀ ਉਹ ਮੈਂ 2-3 ਮਹੀਨੇ ਬਾਅਦ ਇਹ ਰਿਕਾਰਡ ਕਰਵਾ ਲਿਆ ਸੀ ਤੇ ਉਹ ਰਿਲੀਜ਼ ਅਸੀਂ ਕੀਤਾ ਸੀ 16 ਚ ਰਿਕਾਰਡ ਕਰਨ ਤੋਂ ਬਾਅਦ ਫਿਰ ਮੈਂ ਵੀਡੀਓ ਦਾ ਪਲਾਨ ਕੀਤਾ ਫਿਰ ਮੈਨੂੰ ਮੈਂ ਅਕਸ਼ਰਾਤ ਭਰਦਵਾਜ ਨੂੰ ਮਿਲਿਆ ਹਾਂਜੀ ਬਹੁਤ ਵਧੀਆ ਕੰਮ ਕਰਦੇ ਨੇ ਰਵਿੰਦਰ ਵਿਰਕ ਭਾਜੀ ਨੂੰ ਮਿਲਿਆ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਹੋਰ ਵੀ ਟੀਮ ਇੱਥੇ ਅਸੀਂ ਇਕੱਠੇ ਹੋਏ ਹਾਂਜੀ ਫਿਰ ਅਸੀਂ ਸ਼ੂਟ ਦਾ ਪਲਾਨ ਕੀਤਾ ਹਾਂਜੀ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਔਰ ਉਹ ਗਾਣਾ ਲੋਕਾਂ ਨੇ ਪਸੰਦ ਕੀਤਾ ਸੀ ਹਾਂਜੀ ਜਿਹੜਾ ਤੁਸੀਂ ਭਾਜੀ ਡੀਸੈਂਟ ਗਾਣਾ ਕੀਤਾ ਉਹ ਗਾਣੇ ਦੀ ਬੜੀ ਤਾਰੀਫ ਹੋ ਰਹੀ ਹੈ ਉਸ ਗਾਣੇ ਦੀ ਤੇ ਜਿਹੜੀ ਉਸ ਵਿੱਚ ਕਵਿਤਾ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਵੀ ਉਹ ਕਿਹਨਾਂ ਨੇ ਲਿਖੀ ਆ ਤੇ ਉਹ ਗਾਣੇ ਬਾਰੇ ਦੱਸੋ ਥੋੜਾ ਜਿਹਾ ਤੇ ਗਾਣੇ ਦੀ ਕੁਝ ਬੋਲ ਸੁਣਾ ਦਿਓ ਜੀ ਹਾਂਜੀ ਅ ਰੂਹਾਂ ਦੇ ਰਿਸ਼ਤੇ ਤੁਸੀਂ ਗਾਣੇ ਦੀ ਗੱਲ ਕਰ ਰਹੇ ਹੋ ਉਹ ਗਾਣਾ ਲਾਸਟ ইয়ার ਕੀਤਾ ਸੀ ਸਪਟੈਂਬਰ ਦੇ ਵਿੱਚ ਤੇ ਉਹ ਗਾਣਾ ਲਿਖਿਆ ਮੈਂ ਹੀ ਸੀ ਹਾਂਜੀ ਉਹਦਾ ਮਿਊਜ਼ਿਕ ਕੀਤਾ ਸੀ ਮੈਨੀ ਹਰੀਕਾ ਵੀਰੇ ਨੇ ਔਰ ਉਹਦੀ ਜਿਹੜੀ ਜੀ ਤੁਸੀਂ ਸ਼ੇਰੋ ਸ਼ਾਇਰੀ ਦੀ ਗੱਲ ਕਰ ਰਹੇ ਹੋ ਉਹ ਸ਼ਾਇ ਉਹ ਸ਼ੇਰ ਵੀ ਮੈਨੀ ਮੇਰੇ ਨਹੀਂ ਪਿੱਛੇ ਬੋਲਿਆ ਹਾਂਜੀ ਤੇ ਉਹਦੀ ਵੀਡੀਓ ਕੀਤੀ ਸੀ ਰਵਿੰਦਾ ਵਿਰਕਪਾਜੀ ਨੇ ਵਿੰਕ ਮੀਡੀਆ ਹਾਊਸ ਤੋਂ ਤੇ ਉਹ ਵੀ ਗਾਣਾ ਸਰੋਤਿਆਂ ਨੇ ਬਹੁਤ ਸਾਰਾ ਬਹੁਤ ਪਿਆਰ ਦਿੱਤਾ ਉਸ ਗਾਣੇ ਨੂੰ ਔਰ ਉਹ ਉਹਦੇ ਬੋਲ ਮੱਥਨ ਸੁਣਾ ਦਿੰਦਾ ਹਾਂਜੀ ਰੂਹਾਂ ਦੇ ਰਿਸ਼ਤੇ ਜੋ ਮੁੱਕਦੇ ਨਹੀਂ ਸਾਂਹਾਂ ਰਾਹੀ ਜੋ ਇਸ਼ਕਾਂ ਦੇ ਰੁਕਦੇ ਨਹੀਂ ਰਾਹਾਂ ਕੱਲੇ ਤਾਂ ਕਦੇ ਨਹੀਂ ਸੀ ਯਾਦਾਂ ਦਾ ਸਾਥ ਰਹੇਗਾ ਉਹਨੂੰ ਭਾਵੇਂ ਭੁੱਲ ਗਿਆ ਹੋਵੇ ਸਾਡਾ ਆਬਾਦ ਰਹੇਗਾ ਅਸੀਂ ਕਹੀ ਐਸਾ ਕਰਿਆ ਥੈਂਕ ਯੂ ਭਾਈ ਜੀ ਤੇ ਤੁਸੀਂ 2016 ਤੋਂ ਆਪਣੇ ਸਿੰਗਿੰਗ ਕੈਰੀਅਰ ਦੀ ਲਾਈਕ professionally ਸ਼ੁਰੂਆਤ ਕੀਤੀ ਤੇ 2022 ਚੱਲਦਾ ਪਿਛਲੇ 6 ਸਾਲ ਦੇ ਵਿੱਚ ਕੋਈ ਐਸੀ ਮੂਮੈਂਟ ਜਾਂ ਕੋਈ ਐਸੀ ਕਹਾਣੀ ਜਿਹੜੀ ਤੁਹਾਨੂੰ ਲੱਗਦਾ ਵੀ ساری ਜ਼ਿੰਦਗੀ ਤੁਹਾਡੇ ਨਾਲ ਰਹੂਗੀ ਤੁਹਾਨੂੰ ਇਹਨਾਂ ਟੱਚ ਕਰ ਗਈ ਸੀ ਕੋਈ ਚੀਜ਼ ਆ ਇੱਕ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਬੰਦਾ ਹਮੇਸ਼ਾ ਇਹ ਸੋਚ ਕੇ ਚੱਲਦਾ ਵੀ ਮੈਂ ਇਹਦੇ ਸਿਖਰ ਤੇ ਪਹੁੰਚਾਂਗਾ ਹਾਂਜੀ ਸੋ ਸਾਡੀ ਵੀ ਸ਼ੁਰੂਆਤ ਮੇਰੇ ਵੀ ਉਵੇਂ ਹੀ ਹੋਈ ਅਜੇ ਅਸੀਂ ਸ਼ੁਰੂਆਤ ਹੀ ਸਮਝੋ ਅਸੀਂ ਕਿਉਂਕਿ 16 ਤੋਂ ਬਾਅਦ ਫਿਰ 2018 ਤੱਕ ਇੱਕ ਛੋਟਾ ਗੈਪ ਪੈ ਗਿਆ ਸੀ ਗਾਣਿਆਂ ਦਾ ਕਮਾਂਕਾਰਾਂ 'ਚ ਰੁਝਣ ਕਰਕੇ ਇਸ ਪਾਸੇ ਧਿਆਨ ਨਹੀਂ ਹੋਇਆ ਹਾਂਜੀ ਤੇ ਦੂਜੀ ਗੱਲ ਇਹ ਆ ਕਿ ਟੀਮ ਬਹੁਤ ਮੈਟਰ ਕਰਦੀ ਹੈ ਹਾਂਜੀ ਸੋ ਮੇਰੀ ਜਿਹੜੀ ਆ ਮੈਂ ਜੋ ਕਾਮਯਾਬੀ ਸਮਝਦਾ ਆ ਉਹ ਮੈਂ ਸਮਝਦਾ ਕਿ ਜਿਹੜੇ ਲੋਕ ਮੇਰੇ ਨਾਲ ਜੁੜੇ ਆ ਹਾਂਜੀ ਕਿਉਂਕਿ ਇੱਕ ਬਗਾਨੇ ਮੁਲਕ ਦੇ ਵਿੱਚ ਉਹਨਾਂ ਲੋਕਾਂ ਨੂੰ ਇਕੱਠੇ ਕਰਨਾ ਜਿਨ੍ਹਾਂ ਨੂੰ ਤੁਸੀਂ ਕਦੀ ਮਿਲੇ ਨਹੀਂ ਹਾਂਜੀ ਤੁਸੀਂ ਉਹਨਾਂ ਨਾਲ ਜਾਣ ਪਛਾਣ ਨਹੀਂ ਹੈਗੀ ਹਾਂਜੀ ਹਨਾ ਪਹਿਲੀ ਪਹਿਲੀ ਵਾਰ ਮਿਲ ਰਹੇ ਹਾਂ ਔਰ 2016 ਤੋਂ ਮੈਂ ਜਿਨ੍ਹਾਂ ਲੋਕਾਂ ਨੂੰ ਵੀ ਮਿਲਿਆ ਵਾ ਉਹ ਹੁਣ ਤੱਕ ਅਜੇ ਅਕਾਲਪੁਰ ਦੀ ਕਿਰਪਾ ਨਾਲ ਨਾਲ ਹੀ ਨੇ ਹਾਂਜੀ ਸੋ ਇਹ ਵੀ ਮੈਂ ਆਪਣੇ ਆਪ ਦੇ ਆਪ ਚ ਇਹ ਮੇਰੇ ਵਾਸਤੇ ਹੋ ਸਕਦਾ ਵੀ ਕਿਸੇ ਦੇ ਵਾਸਤੇ ਨਾ ਹੋਵੇ ਪਰ ਮੇਰੇ ਆਪ ਦੇ ਆਪਸ ਤੇ ਇੱਕ ਬਹੁਤ ਵੱਡੀ ਇੱਕ ਉਪਲਬਧੀ ਮੈਂ ਮੰਨਦਾ ਹਾਂ ਕਿਉਂਕਿ ਲੋਕਾਂ ਨੂੰ ਮਿਲ ਕੇ ਫਿਰ ਦੂਰ ਹੋਣਾ ਤਾਂ ਨੋਰਮਲ ਗੱਲ ਹੈ ਲੇਕਿਨ 5-7 ਸਾਲ ਇਕੱਠੇ ਰਹਿ ਕੇ ਕੰਮ ਕਰਨਾ ਜਿੱਦਾਂ ਅਕਸ਼ਰਾਤ ਬਾਦਵਾਜ ਹੋ ਗਿਆ ਅਕਸ਼ਰਾਤ ਫਿਲਮਸ ਤੋਂ ਰਵਿੰਦਰ ਵਿਰਕ ਭਾਜੀ ਹੋ ਗਏ ਜੀਤ ਵੀਪੀ ਹੋ ਗਏ ਬਹੁਤ ਸੋਹਣਾ ਗਾਉਂਦੇ ਨੇ ਹਨਾ ਤੇ ਮੈਨੂੰ ਹਰੀਕਾ ਵੀਰਾ ਹੋ ਗਿਆ ਤੇ ਹੋਰ ਜਿਹੜੇ ਸਾਡੇ ਜਿਹੜੇ ਲਾਈਵ ਬੈਂਡ ਨੇ ਬਾਜ ਵੀਰਾ ਹੋ ਗਿਆ ਨਿਰਿੰਦਰ ਵੀਰਾ ਹੋ ਗਿਆ ਨਿਰਿੰਦਰ ਭਾਜੀ ਕੀਬੋਰਡ ਤੇ ਹੁੰਦੇ ਨੇ ਤੇ ਸ਼ਿਵਮ ਹੋ ਗਿਆ ਮੁੰਡਾ ਢੋਲਕ ਤੇ ਆ ਤੇ ਉਹ ਅਸੀਂ ਜਿੰਨੇ ਵੀ ਹੋਂ ਤੱਕ ਪ੍ਰੋਗਰਾਮ ਵੀ ਲਾਏ ਨੇ ਅਸੀਂ ਇਕੱਠੇ ਲਾਏ ਨੇ ਔਰ ਵੀਡੀਓਜ਼ ਅਸੀਂ ਕਰਦੇ ਆ ਤੇ ਰਵਿੰਦਰ ਭਾਜੀ ਔਰ ਅਕਸ਼ਰਾਤ ਉਹਨਾਂ ਨਾਲ ਇਹ ਕਰ ਰਹੇ ਆ ਸੋ ਉਹ ਲੋਕ ਅਜੇ ਤੱਕ ਮੇਰੇ ਨਾਲ ਨੇ ਤੇ ਮੈਂ ਆ ਹੁਣ ਤੱਕ ਦੀ ਮੇਰੀ ਉਪਲਬਧੀ ਮੈਂ ਆਪਣੀ ਇਹੀ ਮੰਨਦਾ ਆ ਉਹ ਯਾਦਾਂ ਮੇਰੀਆਂ ਮੂਵਮੈਂਟਸ ਮੇਰੇ ਉਹੀ ਨੇ ਜੋ ਅਸੀਂ ਸ਼ੂਟ ਤੇ ਜੋ ਸਪੈਂਡ ਕੀਤਾ ਟਾਈਮ ਤੇ ਉਹ ਮੈਂ ਆਪਦੇ ਆਪ ਨੂੰ ਖੁਸ਼ ਨਸੀਬ ਸਮਝਦਾ ਹਾਂ ਹਾਂਜੀ ਤੇ ਬਾਜੀ ਜਿਵੇਂ ਕਰੋਨਾ ਦਾ ਟਾਈਮ ਨਿਕਲ ਕੇ ਗਿਆ ਪਿਛਲੇ 2 ਸਾਲ ਤੋਂ ਮੈਨੂੰ ਲੱਗਦਾ ਵੀ ਜਿਵੇਂ ਲੋਕਲ ਮੇਲੇ ਵੀ ਹੁੰਦੇ ਆ ਜੇ ਬਾਹਰੋਂ ਵੀ ਸਿੰਗਰ ਆਉਂਦੇ ਨੇ ਪਿਛਲੇ 2 ਸਾਲ ਦੇ ਵਿੱਚ ਕੋਈ ਬਾਹਰੋਂ ਸਿੰਗਰ ਨਹੀਂ ਆਏ ਤੇ ਇਸ ਦੇ ਦੌਰਾਨ ਜਿਵੇਂ ਲਾਈਵ ਸ਼ੋਅ ਲੱਗੇ ਨੇ ਜਾਂ ਕਿਵੇਂ ਮਾਹੌਲ ਚਾਲ ਜਿਹਾ ਸੀਗਾ ਮੇਰਾ ਲੋਕਲ ਲੋਕਲ ਟੂ ਬੀ ਵੈਰੀ ਓਨੈਸਟ ਭਾਜੀ ਹੁਣ ਅਸੀਂ ਪ੍ਰੋਗਰਾਮ ਘਟਵਾਦੀ ਕਰੀਦੇ ਨੇ ਕਿਉਂ ਜੀ ਉਹਦਾ ਉਹਦੇ ਕਈ ਕਾਰਨ ਨੇ ਹਾਂਜੀ ਉਹਦਾ ਅਸਲ ਚ ਕੀ ਹੈ ਕਿ ਅ ਸ਼ਾਇਦ ਕੁਝ ਲੋਕਾਂ ਨੂੰ ਪਸੰਦ ਨਹੀਂ ਹੈਗਾ ਸਾਡਾ گاਉਣਾ ਜਾਂ ਕੁਝ ਲੋਕਾਂ ਨੂੰ ਇਹ ਲੱਗਦਾ ਪਈ ਅਸੀਂ ਕਾ ਨਹੀਂ ਸਕਦੇ ਉਹ ਉਹ ਹਰਬ ਕਿਸੇ ਦਾ ਆਪਣਾ ਆਪਣਾ opinion ਹੋ ਸਕਦਾ ਬਟ ਪਿਛਲੇ 2-3 ਸਾਲਾਂ ਤੋਂ ਕਨੈਕਟਰ ਪੰਜਾਬੀ ਕਲੱਬ ਰਵਿੰਦਰ ਵੀਰ ਰਵਿੰਦਰ ਸਿੰਘ ਉਹਨਾਂ ਦੇ ਨਾਲ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਮੇਲਾ ਤਰਿੰਜਨਾ ਦਾ ਸੀਰੀਜ਼ ਜਿਹੜੀ ਸ਼ੁਰੂ ਕੀਤੀ ਸੀ ਉਹਨਾਂ ਨੇ 2019 ਚ ਵੀ ਕੀਤੀ ਫਿਰ 20 ਚ ਵੀ ਕੀਤੀ ਤੇ 21 ਚ ਵੀ ਕੀਤਾ ਤੇ ਹੁਣ ਐਤ ਕੀ ਫਿਰ 9 ਜੁਲਾਈ ਨੂੰ ਹਾਂਜੀ ਤੇ ਜਸਵਿੰਦਰ ਬਰਾੜ ਜੀ ਬਹੁਤ ਬਹੁਤ ਵਧੀਆ ਕਲਾਕਾਰ ਨੇ ਉਹ ਆ ਰਹੇ ਨੇ ਉਨਾ ਨੋਸੀ ਸਟੇਜ ਲਾ ਰਿਆਂ ਹੋਰ ਕਿਤੇ ਅਸੀਂ ਵੀ ਨਹੀਂ ਅਜੇ ਕਿਤੇ ਗਾਉਣ ਦਾ ਇਹਦਾ ਕੋਈ ਮਨ ਨਹੀਂ ਹੈਗਾ ਇਹਦਾ ਕੋਈ ਖਾਸ ਕਾਰਨ ਨਹੀਂ ਖਾਸ ਕਾਰਨ ਕਾਰਨ ਕਈ ਨੇ ਸੋ ਮੈਨੂੰ ਇੱਕ ਸ਼ੇਅਰ ਯਾਦ ਆ ਗਿਆ ਮੈਂ ਉਹ ਸਾਂਝਾ ਕਰਦਾ ਕਿ ਮੈਂ ਕੋਈ ਖਾਸ ਤੇ ਨਹੀਂ ਬਸ ਆਮ ਜਿਆ ਹਾਂ ਉੰਜ ਲੋਕਾਂ ਚ ਥੋੜਾ ਬਦਨਾਮ ਜਿਆ ਹਾਂ ਹਾਂ ਜੀ ਮੈਂ ਕੋਈ ਖਾਸ ਤੇ ਨਹੀਂ ਬਸ ਆਮ ਜਿਹਾ ਹਾਂ ਉੰਜ ਲੋਕਾਂ ਚ ਥੋੜਾ ਬਦਨਾਮ ਜਿਹਾ ਹਾਂ ਹਰ ਕਿਸੇ ਨੂੰ ਚੰਗਾ ਲੱਗਾ ਇਹ ਜ਼ਰੂਰੀ ਤਾਂ ਨਹੀਂ ਹਰ ਕਿਸੇ ਦੀ ਹੁੰਦੀ ਮੈਥੋਂ ਜੀ ਹਜ਼ੂਰੀ ਤਾਂ ਨਹੀਂ ਕਿਸੇ ਲਈ ਚੜਦੇ ਦਿਨ ਵਰਗਾ ਤੇ ਕਿਸੇ ਲਈ ਢਲਦੀ ਸ਼ਾਮ ਜਿਹਾ ਹਾਂ ਮੈਂ ਕੋਈ ਖਾਸ ਤੇ ਨਹੀਂ ਬਸ ਆਮ ਜਿਹਾ ਹਾਂ ਤੇ ਇਹ ਕਈਆਂ ਲੋਕਾਂ ਲਈ ਅਸੀਂ ਖਾਸ ਵੀ ਹੁੰਨੇ ਆ ਹਾਂਜੀ ਹਰ ਕਿਸੇ ਨੂੰ ਦੀ ਜੀ ਹਜ਼ੂਰੀ ਹੁੰਦੀ ਹੈ ਔਰ ਹਰ ਕਿਸੇ ਨੂੰ ਚੰਗਾ ਅਸੀਂ ਲੱਗੀਏ ਇਹ ਵੀ ਕੋ ਜ਼ਰੂਰੀ ਨਹੀਂ ਹੈਗਾ ਹਾਂਜੀ ਬਹੁਤ ਵਧੀਆ ਗੱਲ ਆ ਜੀ ਬਹੁਤ ਵਧੀਆ ਸਹੀ ਆ ਬਾਜੀ ਇੱਕ ਹੋਰ ਗੱਲ ਵੀ ਜਿਵੇਂ 6 ਸਾਲ ਦਾ ਤੁਹਾਡਾ ਸਿੰਗਿੰਗ ਕੈਰੀਅਰ ਆ ਵੀ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਸਿੱਖੀਆਂ ਹੋਣਗੀਆਂ ਕੋਈ ਨਵੀਆਂ ਚੀਜ਼ਾਂ ਹਰੇ ਹਰ ਰੋਜ਼ ਬੰਦਾ ਐਕਸਪੈਰੀਮੈਂਟ ਕਰਦਾ ਹਾਂਜੀ ਤੇ ਜਿਹੜੇ ਨਵੇਂ ਸਿੰਗਰ ਆਉਂਦੇ ਨੇ ਸਾਡੇ ਸਾਡੇ ਭਰਾ ਭੈਣਾਂ ਜਿਹੜੇ ਇਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਆ ਕੋਸ਼ਿਸ਼ ਕੋ ਉਹਨਾਂ ਵਾਸਤੇ ਕੋਈ ਜਿਹੜੀ ਟਿਪਸ ਹੋ ਜਾਣ ਜਾਂ ਤੁਸੀਂ ਵੀ ਸਲਾਹ ਅਬ ਇਹ ਚਲੋ ਸਲਾਹਤ ਅਸੀਂ ਅਸੀਂ ਆਪ ਜੇ ਲਰਨਰਾਂ ਦੀ ਸ਼ੁਰੂਆਤ ਕੀਤੀ ਹੈ ਐ ਐਜ਼ ਆਜ਼ ਐਜ਼ ਅ ਬ੍ਰਦਰ ਐਜ਼ ਅ ਫਰੈਂਡ ਦੇ ਤੌਰ ਤੇ ਮੈਂ ਇਹ ਹੈ ਕਿ ਜੋ ਚੀਜ਼ਾਂ ਅਸੀਂ ਫੀਲ ਕੀਤੀਆਂ ਨੇ ਹਣਾ ਹੁਣ ਤੱਕ ਜਿਹੜੀ ਚੀਜ਼ਾਂ ਸਾਨੂੰ ਲੱਗਦੀਆਂ ਨੇ ਕਿ ਇਹ ਜ਼ਰੂਰੀ ਹੋਣੀਆਂ ਚਾਹੀਦੀਆਂ ਨੇ ਉਹਨਾਂ ਵਿੱਚੋਂ ਇਹ ਹੈ ਕਿ ਇੱਕ ਟੀਮ ਵਧੀਆ ਹੋਣੀ ਬਹੁਤ ਜ਼ਰੂਰੀ ਆ ਤੁਹਾਡੇ ਨਾਲ ਜਿਹੜੀ ਖੜੀ ਹੋਵੇ ਸਿਚੁਏਸ਼ਨ ਕੋਈ ਵੀ ਹੋਵੇ ਅਗਲੇ ਬੰਦੇ ਆ ਤਿਆਰ ਹੋਣ ਵੀ ਹਾਂ ਵੀ ਚੱਲ ਕੋਈ ਨਹੀਂ ਆਪਾਂ ਕਰਦੇ ਆ ਨਾ ਜਿੱਦਾਂ ਵੀ ਮੈਂ ਆਪਾਂ ਜੇ ਮੈਂ ਪਹਿਲੇ ਗਾਣੇ ਦੀ ਗੱਲ ਕਰਾਂ ਬੇਖੌਫ ਤੇ ਅ ਰੰਧੀਰ ਸਿੰਘ ਭਾਜੀ ਜਿਨ੍ਹਾਂ ਦਾ ਇੱਥੇ ਹੋਮ ਐਂਡ ਡੈਕੋਰ ਜਾਂ ਵੇਅਰ ਹਾਊਸ ਹੈ ਬਹੁਤ ਸੋਹਣਾ ਕੰਮ ਕਰ ਰਹੇ ਨੇ ਉਹ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਹਾਂਜੀ ਸ਼ੁਰੂਆਤ ਟਾਈਮ ਦੇ ਵਿੱਚ ਤੇ ਉਹੀ ਅੱਜ ਵੀ ਜੇ ਆਪਾਂ ਗੱਲ ਕਰੀਏ ਤੇ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਚੱਲ ਰਿਹਾ ਹੈ ਨਾ ਹਰ ਇੱਕ ਬੰਦਾ ਸੋਸ਼ਲ ਮੀਡੀਆ ਤੇ ਹੈਗਾ ਆ ਜੇ ਕਿਸੇ ਨੂੰ ਲੱਗਦਾ ਕਿ ਵੀ ਮੈ ਅੰਚ ਪੋਟੈਂਸ਼ੀਅਲ ਹੈਗਾ ਮੈਂ ਕਰ ਸਕਦਾ ਹਾਂ ਤੇ ਜਰੂਰ ਅੱਗੇ ਆਓ ਹਾਂਜੀ ਔਰ ਆਪਣੇ ਕੰਮ ਦੇ ਪ੍ਰਤੀ ਲੋਕਾਂ ਦੇ ਪ੍ਰਤੀ ਇਮਾਨਦਾਰ ਹੋਣਾ ਬਹੁਤ ਜ਼ਰੂਰੀ ਹੈ ਹਾਂਜੀ ਸੋ ਜਿਹੜਾ ਵੀ ਕੰਮ ਕਰਨਾ ਇਮਾਨਦਾਰੀ ਨਾਲ ਕਰੋ ਲੋਕਾਂ ਨਾਲ ਇਮਾਨਦਾਰ ਰਹਿਣਾ ਬਹੁਤ ਜ਼ਰੂਰੀ ਹੈ ਹਾਂਜੀ ਤੇ ਪਾਜੀ ਜਿੱਦਾਂ ਤੁਸੀਂ ਗੱਲ ਕੀਤੀ ਵੀ 2016 ਤੋਂ ਲੈ ਕੇ 2022 ਤੱਕ ਜਿਹੜੇ ਵੀ ਫਰੈਂਚ ਸੀਗੇ ਤੁਹਾਡੇ ਨਾਲ ਜਿਹੜੇ ਵੀ ਯਾਰ ਦੋ ਸੀਗੇ ਅੱਜ ਤੱਕ ਤੁਹਾਡੇ ਨਾਲ ਨੇ ਤੇ ਜਦੋਂ ਅਪਾ ਫਰੈਂਡਸ ਚੂਜ਼ ਕਰਨੇ ਹੁਣ ਮਤਲਬ ਚੂਜ਼ ਨਹੀਂ ਜਦੋਂ ਆਪਣੇ ਫਰੈਂਡ ਸਰਕਲ ਦੀ ਗੱਲ ਆਉਂਦੀ ਆ ਤੇ ਉਹ ਕਿਹੋ ਜਿਹੇ ਮਤਲਬ ਲੋਕ ਤੁਹਾਡੇ ਆਲੇ ਦੁਆਲੇ ਰਹਿਣੇ ਚਾਹੀਦੇ ਨੇ ਪਾਜੀ ਆਲੇ ਦੁਆਲੇ ਹਮੇਸ਼ਾ ਪੋਜ਼ਿਟਿਵ ਲੋਕ ਰਹਿਣੇ ਚਾਹੀਦੇ ਆ ਹਾਂਜੀ ਜਿਹੜੇ ਤੁਹਾਡੇ ਤੁਹਾਡੇ ਨੇੜੇ ਤੇੜੇ ਜਿਹੜੀ ਪੋਜ਼ਿਟਿਵਿਟੀ ਬਣਾ ਕੇ ਰੱਖਣ ਹਾਂਜੀ ਹਨਾ ਕਿਉਂਕਿ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਆ ਵੀ ਕਿਸੇ ਰਿਸ਼ਤੇ ਵਾਸਤੇ ਆਪ ਦੇ ਆਪ ਨੂੰ ਨਾ ਬਦਲੋ ਹਾਂਜੀ ਜੇ ਨਹੀਂ ਗੱਲ ਬਣ ਰਹੀ ਤਾਂ ਉਹ ਰਿਸ਼ਤਾ ਤੁਸੀਂ ਬਦਲ ਦਿਓ ਹਾਂਜੀ ਹਨਾ ਕਿਉਂਕਿ ਬੰਦੇ ਨੂੰ ਇੱਕ ਆਪ ਦੇ ਆਪਣੇ ਆਪ ਚ ਰਹਿਣਾ ਬਹੁਤ ਜ਼ਰੂਰੀ ਹੈ ਵੀ ਤੁਸੀਂ ਜੋ ਹੈਗੇ ਹੋ ਜੋ ਜੋ ਮੂਹਤੇ ਹੋ ਉਹ ਪਿੱਛੇ ਹੋ ਹਨਾ ਹਾਂਜੀ ਸਟ੍ਰੇਟ ਫਾਰਵਰਡ ਬੰਦਾ ਹੋਣਾ ਚਾਹੀਦਾ ਤੇ ਯਾਰੀ ਦੋਸਤੀ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਹੈ ਹਾਂਜੀ ਕਿਸੇ ਵੀ ਬੰਦੇ ਦੀ ਹਰ ਆਮ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇੱਕ ਯਾਰ ਜਿਹੜੇ ਨੇ ਉਹ ਬਹੁਤ ਇੰਪੋਰਟੈਂਟ ਰੋਲ ਅਦਾ ਕਰਦੇ ਹਨ ਅਦਾ ਕਰਦਿੰਦੇ ਹਨ ਹਨਾ ਸੋ 11 ਉਤੇ ਮੈਂ ਦੋ ਕ ਲੈਣਾ ਲਿਖੀਆਂ ਸੀ ਮੈਂ ਤੁਹਾਨੂੰ ਸੁਣਾਉਂਗਾ ਕੇ ਰੱਬ ਵਰਗੇ ਨਾਲ ਖੜੇ ਨੇ ਮੇਰੀ ਬਣ ਕੇ ਢਾਲ ਖੜੇ ਨੇ ਹੋ ਵੇਲਾ ਚੰਗਾਇਆ ਮਾੜਾ ਹਰ ਦਮ ਹਰ ਹਾਲ ਖੜੇ ਨੇ ਹੋ ਚਾਲਿਆ ਬੈਠ ਦੀਆਂ ਤੇਰੇ ਮਸਲੇ ਹੱਲ ਕਰੀਏ ਚੱਲ ਆ ਬੈਠ ਦੀਆਂ ਤੇਰੇ ਮਸਲੇ ਹੱਲ ਕਰੀਏ ਟੈਨਸ਼ਨ ਕਿਉਂ ਲੈਣਾ ਏ ਆ ਜਾ ਬੈਠ ਕੇ ਗੱਲ ਕਰੀਏ ਆ ਬੈਠ ਦੀਆਂ ਤੇਰੇ ਮਸਲੇ ਹੱਲ ਕਰੀਏ ਸੋ ਇਹ ਗਾਣਾ ਮੈਂ ਸਪੈਸ਼ਲੀ ਉਹ ਸਿਚੁਏਸ਼ਨ ਤੇ ਲਿਖਿਆ ਕਿ ਜਦੋਂ ਕਿਉਂਕਿ ਆਪਾਂ ਇੱਕ ਯਾਰ ਇਹੋ ਜੀ ਇੱਕ ਸ਼ਖਸੀਅਤ ਹੁੰਦੀ ਹੈ ਜਿਸ ਨਾਲ ਤੁਸੀਂ ਹਰ ਇੱਕ ਗੱਲ ਸ਼ੇਅਰ ਕਰ ਲੈਣੇ ਸਿਚੁਏਸ਼ਨ ਕੋਈ ਵੀ ਹੋਵੇ ਇੱਕ ਉਹੀ ਬੰਦਾ ਹੁੰਦਾ ਵੀ ਜਿਹੜਾ ਕਹਿੰਦਾ ਵੀ ਹਾਂ ਚੱਲ ਕੋਈ ਨਹੀਂ ਤੂੰ ਆ ਆਪਾਂ ਬੈਠ ਕੇ ਗੱਲ ਕਰਦੇ ਹਾਂ ਤੇ ਉਸ ਕਰਕੇ ਵੀ ਲਿਖਿਆ ਸੀ ਬਹੁਤ ਵਧੀਆ ਭਾਜੀ ਤੇ ਇੱਕ ਟਿਕਟੌਕ ਦੇ ਉੱਤੇ ਤੁਹਾਡਾ ਗਾਣਾ ਬਹੁਤ ਵਾਇਰਲ ਹੋ ਰਿਹਾ ਸੀਗਾ ਜਿਹੜਾ ਤੁਸੀਂ ਕੋਈ ਕੰਮ ਕਰ ਰਹੇ ਸੀਗੇ ਤੇ ਉਹ ਥੋੜੇ ਜੇ ਦੋ ਗਾਣੇ ਉਹ ਗਾਣੇ ਦੇ ਦੋ ਬੋਲ ਹੋ ਜਾਣ ਹਾਂਜੀ ਉਹ ਗਾਣਾ ਵੀ ਬਹੁਤ ਜਲਦ ਅਸੀਂ ਆਲਮੋਸਟ ਤਿਆਰ ਹੋ ਗਿਆ ਹੈ ਤੇ ਉਹਦੇ ਮੈਂ ਤੁਹਾਨੂੰ ਸੁਣਾਣਾ ਹੈ ਹੋਅਸੀ ਚੰਗੇ ਆ ਨਾ ਚੰਗੇ ਬੜਿਆਂ ਤੇ ਮਾੜਿਆਂ ਨਾ ਮਾੜੇ ਮੋਢ ਤੋਂ ਰਹਿੰਦੇ ਸੀ ਜੋ ਫੂਕਾ ਮਾਰਦੇ ਸੱਪ ਪੂਛਾ ਫੜ ਕੱਢੇ ਖੋਡਚੋਂ ਜ ਲੈ ਲਿਓ ਥੋ ਜਾਣਕਾਰੀਆਂ ਜਿਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਓ ਤੋ ਦੂਣਾ ਘੋੜਵੈਰ ਜੱਟ ਦਾ ਭਾਜੀ ਅਪਕਮਿੰਗ ਪ੍ਰੋਜੈਕਟ ਪ੍ਰੋਜੈਕਟ ਹੋਰ ਅੱਗੇ ਫਿਊਚਰ ਦੇ ਵਿੱਚ ਸਾਨੂੰ ਕੀ ਕੀ ਮਿਲ ਰਿਹਾ ਜੀ ਸੁਣਨ ਨੂੰ ਸੁਣਨ ਨੂੰ ਬਹੁਤ ਕੁਝ ਮਿਲੇਗਾ ਹਾਂਜੀ ਕੁਝ ਚੱਕਵਾ ਮਿਲੇਗਾ ਕੁਝ ਰੋਮਾਂਟਿਕ ਮਿਲੇਗਾ ਕੁਝ ਮੱਠਾ ਮੱਠਾ ਮਿਲੇਗਾ ਹਾਂਜੀ ਤੇ ਪ੍ਰੋਜੈਕਟ ਕਈ ਸਾਰੇ ਦੋਸ ਸਾਡੇ ਰੈਡੀ ਨੇ ਜਿਹੜੇ ਕਿ ਅਸੀਂ ਹੁਣ ਰਿਲੀਜ਼ ਕਰਾਂਗੇ ਜਲਦੀ ਹੀ ਹਾਂਜੀ ਉਸ ਤੇ ਪਿੱਛੇ ਲਾਈਨ ਅਪ ਹੋਏ ਪਏ ਨੇ ਮੈਨੀ ਹਰੀਕਾ ਵੀਰੇ ਨੇ ਮਿਊਜ਼ਿਕ ਕੀਤਾ ਹੈ ਗਾਣਿਆਂ ਦਾ ਕੁਝ ਉਹਨਾਂ ਦੇ ਲਿਖੇ ਹੋਏ ਗਾਣੇ ਨੇ ਕੁਝ ਮੇਰੇ ਲਿਖੇ ਹੋਏ ਗਾਣੇ ਨੇ ਕੁਝ ਸਾਡੀ ਕਲੈਬੋਰੇਸ਼ਨਸ ਨੇ ਤੇ ਬਾਬਾ ਸੋਖ ਰੱਖੇ ਤਾਂ ਮੋਦੀਆ ਦੇ ਗੀਤ ਆਪਣੇ ਚਾਹਣ ਵਾਲਿਆਂ ਵਾਸਤੇ ਸੁਣਨ ਵਾਲਿਆਂ ਵਾਸਤੇ ਲੈ ਕੇ ਆਵਾਂਗੇ ਜੀ ਹਾਂਜੀ ਤੇ ਕੋਈ ਜਾਂਦੇ ਜਾਂਦੇ ਕੋਈ ਸਨੇਹਾ ਦੇਣਾ ਚਾਹੁੰਦੇ ਹਾਂ ਹਾਂਜੀ ਸਨੇਹਾ ਬਸ ਇਹੋ ਹੀ ਹੈ ਕਿ ਸਾਡੇ ਵਰਗਿਆਂ ਨੂੰ ਹੋਰ ਵੀ ਬਹੁਤ ਸਾਰੇ ਭੈਣ ਭਰਾ ਨੇ ਜਿਨ੍ਹਾਂ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਸਾਥ ਚਾਹੀਦਾ ਬਹੁਤ ਪਿਆਰ ਚਾਹੀਦਾ ਹੈ ਆਪਣਾ ਪਿਆਰ ਇਦਾਂ ਹੀ ਬਰਕਰਾਰ ਰੱਖੋ ਆਸ਼ੀਰਵਾਦ ਦਿੰਦੇ ਰਹੋ ਤੇ ਪਿਆਰ ਕਰਦੇ ਰਹੋ ਥੈਂਕ ਯੂ ਬਾਜੀ ਤੁਸੀਂ ਟਾਈਮ ਕੱਢਿਆ ਜੀ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਜੀ ਸੋ ਦੋਸਤੋ ਦੁਬਾਰਾ ਫੇਰ ਅਸੀਂ ਨਵੇਂ ਸਖਸ਼ ਨਵੀਂ ਗੱਲਬਾਤ ਨੂੰ ਲੈ ਕੇ ਆਵਾਂਗੇ ਤੁਹਾਡੇ ਤੱਕ ਧੰਨਵਾਦ ਜੀ ਥੈਂਕ ਯੂ